ਆਹ ਤਾਂ ਪਿਆਰੇ ਬੱਚੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹਾਂ ਬੇਟਾ ਆਪਾਂ ਕੱਲ੍ਹ ਮੁਕ ਟੈਸਟ 522 ਦੇ ਵਿੱਚੋਂ ਮਾਨਸਿਕ ਯੋਗਤਾ ਦਾ ਪੇਪਰ ਹੈ ਜਿਹੜਾ ਉਹ ਪਾਇਆ ਸੀਗਾ ਤੁਹਾਨੂੰ ਤਾਂ ਬੇਟਾ ਆਪਾਂ ਚਾਰ ਸਵਾਲ ਉਹਦੇ ਕਰ ਚੁੱਕੇ ਹਾਂ ਹੁਣ ਪੰਜਵੇਂ ਸਵਾਲ ਦੇ ਉੱਤੇ ਆ ਗਏ ਪੰਜਵੇਂ ਸਵਾਲ ਦੇ ਵਿੱਚ ਬੇਟਾ ਦੇਸ਼ਾ ਨਿਰਦੇਸ਼ ਦਿੱਤੇ ਹੋਏ ਆ ਵੀ ਅਸੀਂ ਇੱਕ ਪ੍ਰਸ਼ਨ ਚਿੱਤਰ ਦਿੱਤਾ ਫਿਰ ਉਹਦੇ ਨਾਲ ਥੱਲੇ ਕਈ ਉੱਤਰ ਚਿੱਤਰ ਦਿੱਤੇ ਹੋਏ ਚਾਰ ਉਹਨਾਂ ਦੇ ਵਿੱਚੋਂ ਪ੍ਰਸ਼ਨ ਚਿੱਤਰ ਵਰਗਾ ਸਿਮਿਲਰ ਜਿਹੜਾ ਹੈਗਾ ਬਿਲਕੁਲ ਸਮਰੂਪ ਚਿੱਤਰ ਪਛਾਣਨਾ ਹੈ ਠੀਕ ਹੈ ਬੇਟਾ ਤੇ ਇਹ ਦੇਸ਼ਾ ਨਿਰਦੇਸ਼ ਅਨਸਾਰ ਬੇਟਾ ਆਹ ਪ੍ਰਸ਼ਨ ਸਮੱਸਿਆ ਆ ਗਈ ਸਾਡੇ ਕੋਲੇ ਆਹ ਪ੍ਰਸ਼ਨ ਚਿੱਤਰ ਹੈ ਬੇਟਾ ਤੇ ਆਹ ਥੱਲੇ ਇਹਦੇ ਨਾਲ ਰਲਦੇ ਚਿੱਤਰ ਹੈ ਕਹਿੰਦਾ ਇਹਦੇ ਵਿੱਚੋਂ ਸਮਰੂਪ ਬਿਲਕੁਲ ਇਹਦੇ ਨਾਲ ਰਲਦਾ ਮਿਲਦਾ ਚਿੱਤਰ ਪਛਾਣੋ ਤੋਂ ਬੇਟਾ ਜਦੋਂ ਅਸੀਂ ਧਿਆਨ ਨਾਲ ਆਬਜ਼ਰਵ ਕਰਦੇ ਹਾਂ ਤੇ ਆਹ ਬੀ ਅਕੀਤੀ ਬਿਲਕੁਲ ਇਹਦੇ ਨਾਲ ਰਲਦੀ ਮਿਲਦੀ ਹੈ ਉਦਾਂ ਦੇ ਕੰਨ ਆ ਉਦਾਂ ਦੀਆਂ ਅੱਖਾਂ ਟ੍ਰਾਇੰਗਲ ਵਾਲੀਆਂ ਉਦਾਂ ਦਾ ਹੀ ਆ ਨੱਕ ਆ ਤੇ ਉਦਾਂ ਦਾ ਹੀ ਆਜਤਾ ਕਰ ਜਿਹੜਾ ਇਹਦਾ ਮੂੰਹ ਹੈਗਾ ਬਾਕੀ ਸਾਰਿਆਂ ਚ ਅਲੱਗ-alag ਆ ਇਸ ਕਰਕੇ b1 ਨੂੰ ਐਜ਼ ਅ ਰਾਈਟ ਆਨਸਰ ਅਸੀਂ ਟਿਕ ਕਰ ਦਵਾਂਗੇ ਠੀਕ ਹੈ ਬੇਟਾ ਅੱਗੇ ਆ ਗਿਆ ਬੇਟਾ ਸਵਾਲ ਨੰਬਰ 6 ਸਵਾਲ ਨੰਬਰ 6 ਦੇ ਵਿੱਚ ਬੇਟਾ ਕਹਿੰਦਾ ਵੀ ਇਹਦੇ ਵਿੱਚ ਸਿਮਿਲਰ ਅਕਿਰਤੀ ਹੈ ਜਿਹੜੀ ਪਛਾਨਣੀ ਆ ਬੇਟਾ ਜਦੋਂ ਸਾਡੇ ਸਾਹਮਣੇ ਆਉਂਦੀ ਹੈ ਇਮੀਡੀਏਟਲੀ ਸਾਨੂੰ ਸਾਰੇ ਸਮਾਂ ਹੀ ਲੱਗਣ ਲੱਗ ਪੈਂਦੀ ਹੈ ਠੀਕ ਹੈ ਤਾਂ ਜਦੋਂ ਅਸੀਂ ਇਹਨੂੰ ਬੇਟਾ ਧਿਆਨ ਦੇ ਨਾਲ ਦੇਖਦੇ ਹਾਂ ਤਾਂ ਬੇਟਾ ਆਹ c ਅਕਿਰਤੀ ਦੇਖੋ ਆਹੀ ਲੜੀ ਹੈ ਟ੍ਰਾਇੰਗਲ ਵਰਗ ਤੇ ਆਹ ਚੱਕਰ ਟ੍ਰਾਇੰਗਲ ਵਰਗ ਚੱਕਰ ਵਰਗ ਟ੍ਰਾਇੰਗਲ ਵਰਗ ਆਪਸੀਮ ਚੱਕਰ ਵਰਗ ਟ੍ਰਾਇੰਗਲ ਠੀਕ ਹੈ ਤਾਂ ਸੀ 1 ਬਿਲਕੁਲ ਇਹਦੇ ਸਮਰੂਪ ਆ ਅੱਗੇ ਬਾਕੀਆਂ ਚ ਲੜੀ ਅਲੱਗ-ਅਲੱਗ ਆ ਤਾਂ ਸੀ 1 ਨੂੰ ਐਜ਼ ਅ ਰਾਈਟ ਆਨਸਰ ਅਸੀਂ ਟਿੱਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 7 ਤਾਂ ਬੇਟਾ ਇਹਦੇ ਵਿੱਚ ਵੀ ਅਸੀਂ ਸਿਮਿਲਰ ਅਕਿਰਤੀ ਹੈ ਜਿਹੜੀ ਦੱਸਣੀ ਹੈ ਇੱਕੋ ਜਿਹੀ ਅਕਿਰਤੀ ਕਿਹੜੀ ਹੈ ਇਹ ਤਾਂ ਬੇਟਾ ਸਾਡੀਆਂ ਅੱਖਾਂ ਦੇ ਸਾਹਮਣੇ ਆਉਂਦੇ ਹੀ ਸਾਨੂੰ ਆਈਡੈਂਟੀਫਾਈ ਹੋ ਜਾਂਦੀ ਹੈ ਜਦੋਂ ਅਸੀਂ ਬੇਟਾ ਧਿਆਨ ਦੇ ਨਾਲ ਦੇਖਦੇ ਹਾਂ ਤਾਂ ਦੇਖੋ D1 ਦੇ ਵਿੱਚ ਬਿਲਕੁਲ ਨਾਲ ਰਲਦੀ ਹੈ ਇਹਦੇ ਵਿੱਚ ਤਾਂ ਦਰਵਾਜ਼ਾ ਹੀ ਨਹੀਂ ਇਹਦੇ ਨਾਲ ਰਲਦਾ ਪਿਆ ਹੈ ਨਾ ਇਹਦੇ ਵਿੱਚ ਆ ਦਰਵਾਜ਼ਾ ਲੱਗਿਆ ਹੀ ਨਹੀਂ ਹੋਇਆ ਪ੍ਰੋਪਰ ਹੈ ਨਾ ਤਾਂ ਇਹ ਮਤਲਬ ਬਾਕੀ ਸਾਰੀਆਂ ਅਲੱਗ ਹੈ ਸਿਰਫ D1 ਇਹਦੇ ਨਾਲ ਰਲਦੀ ਹੈ ਬਿਲਕੁਲ ਇਸ ਕਰਕੇ D1 ਨੂੰ ਐਜ਼ ਅ ਰਾਈਟ ਆਨਸਰ ਅਸੀਂ ਟਿਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 8 ਸਵਾਲ ਨੰਬਰ 8 ਦੇ ਵਿੱਚ ਧਿਆਨ ਦੇ ਨਾਲ ਦੇਖੋ ਬੇਟਾ ਤਾਂ ਐਸ ਅਕਿਰਤੀ ਦੇ ਨਾਲ ਰਲਦੀ ਅਕਿਰਤੀ ਦੇਖੋ ਧਿਆਨ ਦੇ ਨਾਲ ਅਬਜ਼ਰਵ ਕਰੋ ਕਿਹੜੀ ਬਣਦੀ ਪਈ ਆ ਸਵਾਲ ਨੰਬਰ 8 ਦੇ ਵਿੱਚ ਆ ਬੇਟਾ ਸੀ ਆਕਿਰਤੀ ਨੂੰ ਜਦੋਂ ਅਸੀਂ ਦੇਖਦੇ ਆ ਆ ਦੇਖੋ ਆ ਐਰੋ ਆ ਆ ਨਾਲ ਦੀ ਨਾਲ ਆ ਜਿਹੜਾ ਇਧਰਲੇ ਪਾਸੇ ਲੱਗਿਆ ਹੋਇਆ ਇਹਨੂੰ ਇੱਕ ਇੱਕ ਦੂਜੇ ਨੂੰ ਕੱਟਦੇ ਪਏ ਇੱਥੇ ਸਿਫਰ ਵਰਗੇ ਆ ਆ ਵੀ ਸਿਫਰ ਆ ਬਿਲਕੁਲ ਨਾਲ ਆ ਬਾਕੀ ਸਾਰੇ ਅਲੱਗ-ਅਲੱਗ ਆ ਬੇਟਾ ਠੀਕ ਹੈ ਤਾਂ ਇਸ ਕਰਕੇ ਸੀ 1 ਨੂੰ ਐਜ਼ ਅ ਰਾਈਟ ਆਨਸਰ ਅਸੀਂ ਟਿਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 9 ਏ ਬੇਟਾ ਤੁਹਾਨੂੰ ਦੱਸਿਆ ਸੀ 10 ਭਾਗ ਹੁੰਦੇ ਆ ਹੁਣ ਆਪਾਂ ਤੀਜੇ ਭਾਗ ਤੇ ਆ ਗਏ ਹਰ ਭਾਗ ਤੋਂ ਪਹਿਲਾਂ ਦਿਸ਼ਾ ਨਿਰਦੇਸ਼ ਦਿੱਤੇ ਹੋਏ ਆ ਤਾਂ 9 ਦੇ ਵਿੱਚ ਦਿਸ਼ਾ ਨਿਰਦੇਸ਼ ਕੀ ਆ ਕਹਿੰਦਾ ਖੱਬੇ ਪਾਸੇ ਇੱਕ ਪ੍ਰਸ਼ਨ ਚਿੱਤਰ ਦਿੱਤਾ ਗਿਆ ਹੈ ਤੇ ਇਸ ਦਾ ਇੱਕ ਹਿੱਸਾ ਗਾਇਬ ਦਰਸਾਇਆ ਗਿਆ ਸੱਜੇ ਪਾਸੇ A B C D ਉਤਰ ਚਿੱਤਰਾਂ ਤੇ ਗੌਰ ਕਰੋ ਤੇ ਉਸ ਚਿੱਤਰ ਦਾ ਪਤਾ ਲਗਾਓ ਜਿਸ ਨੂੰ ਬਿਨਾਂ ਦਿਸ਼ਾ ਪਰਵਰਤਨ ਦੇ ਪ੍ਰਸ਼ਨ ਚਿੱਤਰ ਦਾ ਪੈਟਰਨ ਪੂਰਾ ਕਰਨ ਦੇ ਲਈ ਪ੍ਰਸ਼ਨ ਚਿੱਤਰ ਦੇ ਗਾਇਬ ਹਿੱਸੇ ਵਿੱਚ ਬਿਠਾਇਆ ਜਾ ਸਕੇ ਤੇ ਆਪਣੇ ਉੱਤਰ ਨੂੰ ਦਰਸਾਉਣ ਲਈ OMR ਉੱਤਰ ਪੁਸਤਕਾ ਵਿੱਚ ਪ੍ਰਸ਼ਨ ਦੀ ਸੰਗਤ ਸੰਖਿਆ ਦੇ ਸਾਹਮਣੇ ਵਾਲੇ ਘੇਰੇ ਨੂੰ ਕਾਲਾ ਕਰੋ ਠੀਕ ਹੈ ਬੇਟਾ ਤਾਂ ਦੇਖੋ ਆ ਉੱਪਰ ਬੇਟਾ ਪ੍ਰਸ਼ਨ ਚਿੱਤਰ ਆਪੋਰਸ਼ਨ ਗਿਆ ਹੈ ਬਾ ਠੀਕ ਹੈ ਤਾਂ ਆ ਬੇਟਾ ਸਾਰੀ ਇੱਕੋ ਜੀ ਲੜੀ ਹੈ ਜਿਹੜੀ ਇੱਕ ਐਂ ਚੱਲਦੀ ਵੀ ਦੂਜਾ ਘਰ ਐਂ ਚੱਲਦਾ ਪਿਆ ਠੀਕ ਹੈ ਇਸ ਤਰ੍ਹਾਂ ਪੈਟਰਨ ਬਣਿਆ ਹੋਇਆ ਠੀਕ ਹੈ ਇਹਦੇ ਸਾਹਮਣੇ ਫਿਰ ਇਹਦਾ ਜਿਹੜਾ ਹੈਗਾ ਪੈਟਰਨ ਇੰਜ ਚੱਲੂਗਾ ਪੈਰਲਲ ਠੀਕ ਹੈ ਤਾਂ ਜਦੋਂ ਅਸੀਂ ਧਿਆਨ ਦੇ ਨਾਲ ਬੇਟਾ ਅਬਜ਼ਰਵ ਕਰਦੇ ਆਂ ਇਹਦਾ ਨੋ ਨੰਬਰ ਸਵਾਲ ਨੂੰ ਤਾਂ ਬੇਟਾ ਇਹਦੇ ਵਿੱਚ ਜਿਹੜਾ ਹੈਗਾ ਪੈਟਰਨ ਪੂਰਾ ਹੋਣਾ ਉਹ ਤੁਸੀਂ ਧਿਆਨ ਨਾਲ ਦੇਖੋ ਇਹਦੇ ਇਹਦੇ ਵਰਗਾ ਜਿਹੜਾ ਪੈਟਰਨ ਆ ਉਹ ਇੱਥੇ ਬਣੂਗਾ ਠੀਕ ਹੈ ਤਾਂ ਜਦੋਂ ਆ ਏ 1 ਕਰਤੀ ਨੂੰ ਧਿਆਨ ਨਾਲ ਦੇਖਦੇ ਜਦੋਂ ਇਹਨੂੰ ਚੱਕ ਕੇ ਇਸ ਜਗ੍ਹਾ ਤੇ ਉੱਤੇ ਰੱਖਾਂਗੇ ਤਾਂ ਇਸ ਪੈਟਰਨ ਨੂੰ ਪੂਰੀ ਤਰ੍ਹਾਂ ਨਾਲ ਕੰਪਲੀਟ ਕਰੂਗਾ ਇੱਥੇ ਫਿੱਟ ਆਊਗਾ ਇਹ ਇਸ ਕਰਕੇ ਏ 1 ਨੂੰ ਇਹਦੇ ਰਾਈਟ ਆਨਸਰ ਅਸੀਂ ਟਿਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 10 ਸਵਾਲ ਨੰਬਰ 10 ਨੂੰ ਧਿਆਨ ਦੇ ਨਾਲ ਆਬਜ਼ਰਵ ਕਰੋ ਤਾਂ ਬੇਟਾ ਆ ਸਾਰੇ ਇੱਕੋ ਜੀਆਂ ਕਿਰਤੀਆਂ ਚਾਰੇ ਟੋਟਲ ਚਾਰ ਖਾਨੇ ਬਣੇ ਨਾ ਇੱਕੋ ਜੀਆਂ ਕਿਰਤੀਆਂ ਇਹਦੇ ਨਾਲ ਰਲਦੀ ਮਿਲਦੀ ਕਿਰਤੀ ਅਸੀਂ ਦੇਖਾਂਗੇ ਕਿਹੜੀ ਹੈ ਤਾਂ ਆ ਬੇਟਾ ਕੇਵਲ ਆਹਾ ਬਣਦੀ ਪਈ ਹੈ ਠੀਕ ਹੈ ਤਾਂ ਆਹਾ ਕਿਰਤੀ ਇਹਦੇ ਨਾਲ ਰਲਦੀ ਬਣਦੀ ਪਈ ਹੈ ਇਸ ਕਰਕੇ ਸੀ 1 ਕਿਰਤੀ ਹੈ ਜਿਹੜੀ ਬਿਲਕੁਲ ਇੱਥੇ ਲਾ ਫਿਟ ਕਰਾਂਗੇ ਤਾਂ ਪੂਰਾ ਡਿਜ਼ਾਈਨ ਨੂੰ ਕੰਪਲੀਟ ਕਰ ਦੂਗੀ ਤਾਂ C1 ਨੂੰ ਅਸੀਂ ਐਜ਼ ਅ ਰਾਈਟ ਆਨਸਰ ਟਿੱਕ ਕਰ ਦਵਾਂਗੇ ਠੀਕ ਆ ਬੇਟਾ ਅੱਗੇ ਆ ਗਿਆ ਬੇਟਾ ਸਵਾਲ ਨੰਬਰ 11 ਸਵਾਲ ਨੰਬਰ 11 ਨੂੰ ਧਿਆਨ ਦੇ ਨਾਲ ਦੇਖੋ ਤੁਸੀਂ ਤਾਂ ਬੇਟਾ ਆ ਜਿਹੜਾ ਆਹ ट्रायंगल ਦਾ ਮੂੰਹ ਉੱਪਰਲੇ ਪਾਸੇ ਨੂੰ ਇੱਧਰ ਵੀ ਉੱਪਰ ਹੋ ਆਹ ट्रायंगल ਦਾ ਮੂੰਹ ਥੱਲੇ ਨੂੰ ਬਾਕੀ ਡਿਜ਼ਾਈਨ ਸੇਮ ਹੋਊਗਾ ਤਾਂ ਆ ਬੇਟਾ ਜਦੋਂ ਅਸੀਂ ਧਿਆਨ ਨਾਲ ਦੇਖਦੇ ਆ ਇਹਦੇ ਵਰਗਾ ਡਿਜ਼ਾਈਨ ਹੈ ਜਿਹੜਾ ਆ D13 ਦੇ ਵਿੱਚ ਬਣਦਾ ਪਿਆ ਠੀਕ ਆ ਬੇਟਾ ਤਾਂ ਇਸ ਕਰਕੇ 11 ਨੰਬਰ ਸਵਾਲ ਦਾ ਉੱਤਰ ਆਊਗਾ ਡੀ ਡ 1 ਨੂੰ ਅਸੀਂ ਇੱਥੇ ਫਿੱਟ ਕਰ ਦਵਾਂਗੇ ਤੇ ਡੀ 1 ਨੂੰ ਅਸੀਂ ਐਜ਼ ਅ ਰਾਈਟ ਆਨਸਰ ਟਿੱਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 12 ਸਵਾਲ ਨੰਬਰ 12 ਨੂੰ ਧਿਆਨ ਦੇ ਨਾਲ ਅਬਜ਼ਰਵ ਕਰੋ ਬੇਟਾ ਸੋ ਬੇਟਾ ਆ ਡਿਜ਼ਾਈਨ ਪੂਰਾ ਕਰਨ ਦੇ ਲਈ ਇੱਥੇ ਕਿਹੜੀ ਅਕਿਰਤੀ ਆਊਗੀ ਜਦੋਂ ਅਸੀਂ ਧਿਆਨ ਦੇ ਨਾਲ ਦੇਖਦੇ ਬੇਟਾ ਇੱਧਰ ਤਾਂ ਆ ਲਾਈਨ ਹੀ ਨਹੀਂ ਵੱਜੀ ਆ ਲਾਈਨ ਪੂਰੀ ਨਹੀਂ ਵੱਜੀ ਜਦੋਂ ਕਿ ਆ ਵਰਗ ਵਾਲੀ ਲਾਈਨ ਪੂਰੀ ਹੋਣੀ ਚਾਹੀਦੀ ਹੈ ਠੀਕ ਹੈ ਤਾਂ ਇੱਥੇ ਆ ਲਾਈਨ ਕੱਟਦੀ ਨਹੀਂ ਪਈ ਜਾ ਕੇ ਆਹੀ ਜਿਹੜੀ ਇੱਕ ਇਕਇਤੀ ਹੈਗੀ ਹੈ ਜਿਹੜੀ ਐਸ ਪੈਟਰਨ ਨੂੰ ਕੰਪਲੀਟ ਕਰਦੀ ਪਈ ਆ ਇਹ ਬੇਟਾ ਜਦੋਂ ਅਸੀਂ ਧਿਆਨ ਨਾਲ ਕੋਖਦੇ ਆਂ ਤਾਂ ਸਾਨੂੰ ਨਾਲ ਦੀ ਨਾਲ ਉੱਤਰ ਪਤਾ ਲੱਗ ਜਾਂਦਾ D1 ਇਹਦਾ ਜਿਹੜਾ 12 ਨੰਬਰ ਸਵਾਲ ਦਾ ਰਾਈਟ ਆਨਸਰ ਬਣਦਾ ਪਿਆ ਇਹਨੂੰ D1 ਨੂੰ ਅਸੀਂ ਐਜ਼ ਅ ਰਾਈਟ ਆਨਸਰ ਟਿਕ ਕਰ ਦਵਾਂਗੇ ਠੀਕ ਆ ਬੇਟਾ ਸੋ ਬੇਟਾ ਇਹ ਸੀਗਾ ਇਹਦਾ ਸਵਾਲ ਨੰਬਰ 12 ਅਗਲੇ ਸਵਾਲ ਆਪਾਂ ਅਗਲੀ ਵੀਡੀਓ ਵਿੱਚ ਸ਼ੇਅਰ ਕਰਦੇ ਹਾਂ ਤੁਸੀਂ ਜੋ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਇਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੇਟਾ ਜੀ